वाहेगुरु जी का खालसा, वाहेगुरु जी की फतेह। अज 91 महीना वा राशन वंड समागम हो चुका, 91 वार पहुंच चुके हैं, जिद लोड़वंद परिवार पहुंचे आ। काफ़ी साड़ी टीम इनकुआरिया भी जा रही है, नवे परिवार असी जिहड़े पहला दे इनकुआर फार्म साढ़े को आए हुए आ, जिहड़े तकरीबन 2 साल कहीं 4 साल भी हो चुके फार्म नूं भरिया नूं, ਉਹ ਜਿਵੇਂ ਸੇਵਾ ਘਰ ਚੱਲਦਾ ਉਹਦੇ ਕਰਕੇ ਅਸੀਂ ਨਹੀਂ ਪਰਿਵਾਰ ਲੈ ਰਹੇ ਸੀ, ਰਾਸ਼ਨ ਨਵਾਂ ਲਾ ਰਹੇ ਸੀ, ਅਤੇ ਹੁਣ ਜਿਹੜੇ ਕਈ ਕੱਟ ਰਹੇ ਆ ਤਾਂ ਨਵੇਂ ਲਾ ਰਹੇ ਹਾਂ। ਤਕਰੀਬਨ ਸਾਡੀ ਇਨਕੁਆਇਰੀ ਵਾਲੀ ਟੀਮ ਜਾਂਦੀ ਆ, ਅੱਜ ਪਹੁੰਚੇ ਹਾਂ, ਹੁਣੇ ਰਾਤ ਹੀ ਅਸੀਂ ਸਾਡੀ ਟੀਮ ਪਹੁੰਚੀ ਆ। ਹੜ੍ਹ ਪੀੜਤਾਂ ਦੇ ਲਈ ਇੱਕ ਵਾਰ ਜ਼ਰੂਰ ਅਰਦਾਸ ਬੇਨਤੀ ਕਰਿਓ, ਉਹਨਾਂ ਲੋਕਾਂ ਦੇ ਲਈ ਜਿਹੜੇ ਲੋਕ ਪਾਣੀ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ, ਜਿਨ੍ਹਾਂ ਦੇ ਘਰ ਢਹਿ ਚੁੱਕੇ ਆ, ਜਿਨ੍ਹਾਂ ਦਾ ਸਭ ਕੁਛ ਮਾਲ ਡੰਗਰ ਜਿਨ੍ਹਾਂ ਦਾ ਪਾਣੀ ਨਾ ਭਿੱਜ ਚੁੱਕਾ, ਪਾਣੀ ਪਾਣੀ ਘੁੰਮ ਰਿਹਾ, ਉਹਨਾਂ ਲਈ ਅਰਦਾਸ ਬੇਨਤੀ ਜ਼ਰੂਰ ਕਰੋ। ਉਹ ਲੋਕ ਹੈਗੇ ਵਿਚਾਰੇ ਜਿਹੜੇ ਇੰਨੀ ਤੰਗੀ ਦੇ ਵਿੱਚ ਦਿਨ ਕੱਟ ਰਹੇ ਆ, ਉਹਨਾਂ ਦਾ ਪਰਮਾਤਮਾ ਹੀ ਸਹਾਰਾ, ਅਤੇ ਸਾਨੂੰ ਸਾਰਿਆਂ ਨੂੰ ਉਹਨਾਂ ਲਈ ਜ਼ਰੂਰ ਖਾਣਾ ਚਾਹੀਦਾ। ਜੇ ਕੋਈ ਨਹੀਂ ਕਿਸੇ ਹੈਲਪ ਕਰਨੀ ਚਾਹੁੰਦਾ ਤਾਂ ਘਰ ਦੇ ਵਿੱਚ ਬੈਠ ਕੇ ਉਹਨਾਂ ਦੇ ਲਈ ਅਰਦਾਸ ਬੇਨਤੀ ਜ਼ਰੂਰ ਕਰੋ। ਗੁਰੂ ਸਾਹਿਬ ਕਿਰਪਾ ਕਰਨ ਉਹਨਾਂ 'ਤੇ। ਸਾਡੀ ਟੀਮ ਅੱਜ ਪੂਰਾ ਮਹੀਨਾ ਹੋ ਚੁੱਕਾ ਰਾਸ਼ਨ ਵੰਡ ਕੇ, ਅਸੀਂ ਸੰਸਥਾ ਦੇ ਵਿੱਚ ਗਏ ਸੀ, ਉਸੇ ਵਕਤ ਫੋਨ ਆ ਗਿਆ ਨਵੇਂ ਸ਼ਹਿਰ ਤੋਂ ਵੀ ਇੱਕ ਪਾਣੀ ਦੇ ਨਾਲ ਪਿੰਡ ਘਿਰ ਚੁੱਕਾ ਆ, ਵੀ ਉੱਥੇ ਗਰਭਵਤੀ ਭੈਣਾਂ ਵਿਚਾਰੀਆਂ ਫਸੀਆਂ ਹੋਈਆਂ, ਅਤੇ ਸਾਡੀ ਟੀਮ ਉਸੇ ਟਾਈਮ ਬੇੜੀ ਬੋਟ ਲੈ ਕੇ ਉੱਥੇ ਪਹੁੰਚੀ, ਬੇੜੀ ਲੈ ਕੇ ਅਤੇ ਉਹਨੂੰ ਜਾ ਕੇ ਕੱਢਿਆ ਸਾਰੇ ਪਿੰਡ ਨੂੰ। ਫਿਰ ਉਸ ਤੋਂ ਬਾਅਦ ਪਤਾ ਲੱਗਾ ਪਟਿਆਲੇ ਪਾਣੀ ਭਰ ਚੁੱਕਾ, ਫਿਰ ਸਾਡੀ ਟੀਮ ਪਟਿਆਲੇ ਨੂੰ ਚੱਲੀ, ਰਾਤ ਫਤਿਹਗੜ੍ਹ ਸਾਹਿਬ ਰੱਖੇ ਹਾਂ, ਸਵੇਰੇ ਪਤਾ ਲੱਗਾ ਲੋਹੀਆਂ ਬੰਨ ਟੁੱਟ ਗਿਆ, ਫਿਰ ਸਾਡੀ ਟੀਮ ਉੱਥੋਂ ਲੋਹੀਆਂ ਦੇ ਵਿੱਚ ਗਈ, ਉਹਨਾਂ ਪਿੰਡਾਂ 'ਚੋਂ 7-8 ਪਿੰਡ ਬਿਲਕੁਲ ਪਾਣੀ ਨਾਲ ਘਿਰ ਚੁੱਕੇ ਸੀ, ਉੱਥੇ ਜਾ ਕੇ ਇਕੱਲੇ ਇਕੱਲੇ ਨੂੰ ਘਰ ਘਰ ਜਾ ਕੇ ਰੈਸਕਿਊ ਕੀਤਾ, 2 ਦਿਨ ਲੋਕਾਂ ਨੂੰ ਬਾਹਰ ਕੱਢਿਆ, ਛੋਟੇ ਛੋਟੇ ਬੱਚਿਆਂ ਨੂੰ ਬਾਹਰ ਕੱਢਿਆ, ਭੈਣਾਂ ਮਾਤਾਵਾਂ ਨੂੰ ਜਿਹਨਾਂ ਨੂੰ ਅੰਦਰ ਫਸੇ ਹੋਏ ਸੀ ਉਹਨਾਂ ਨੂੰ ਪਾਣੀ 'ਚੋਂ ਬਾਹਰ ਕੱਢਿਆ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਪਾਣੀ ਘਟਣ ਲੱਗਾ, ਫਿਰ ਉੱਥੇ ਜਾ ਕੇ ਰਾਸ਼ਨ ਪਾਣੀ ਜੋ ਸਮੱਗਰੀ ਉਹਨਾਂ ਨੂੰ ਪਹੁੰਚਾਇਆ, ਫਿਰ ਚੱਲਦਾ ਗਿਆ ਕਾਰਜ। ਤਕਰੀਬਨ ਹੁਣ ਤੱਕ ਅੱਜ ਤੋਂ 5-7 ਦਿਨ ਪਹਿਲਾਂ ਹੀ ਸਾਡੀਆਂ ਬੋਟਾਂ ਬੰਦ ਹੋਈਆਂ। ਫਿਰ ਸਰਦੂਲਗੜ੍ਹ ਤੋਂ ਫੋਨ ਆ ਗਿਆ, ਸਰਦੂਲਗੜ੍ਹ ਹਾਲਾਤ ਮਾੜੇ ਹੋ ਗਏ, ਸਾਡੀ ਟੀਮ ਫਿਰ ਸਰਦੂਲਗੜ੍ਹ ਗਈ, ਸਰਦੂਲਗੜ੍ਹ ਦੇ ਵਿੱਚ ਸੇਵਾ ਕੀਤੀ ਘੱਟੋ ਘੱਟ 6-7 ਦਿਨ, ਜਾ ਕੇ ਲੋਕਾਂ ਨੂੰ ਜਿੱਥੇ ਘੱਗਰ ਦਰਿਆ ਨੇ ਬਹੁਤ ਵੱਡੀ ਮਾਰ ਮਾਰੀ, ਉੱਥੇ ਜਾ ਕੇ ਲੋਕਾਂ ਨੂੰ ਘੱਗਰ ਦਰਿਆ 'ਚੋਂ ਕੱਢਿਆ। ਫਿਰ ਸਾਡੀ ਟੀਮ ਲੋਹੀਆਂ ਆਈ, ਉੱਥੇ ਹੁਣ ਬੇਸ ਕੈਂਪ ਬਣਾਇਆ ਹੋਇਆ, ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਆ, ਕੋਈ ਰਾਸ਼ਨ ਦੀ, ਕੋਈ ਪਾਣੀ ਦੀ, ਉਹ ਉੱਥੇ ਸਾਡੇ ਲੈ ਰਹੇ ਆ ਸਾਡੇ ਬੇਸ ਕੈਂਪ 'ਚੋਂ, ਅਤੇ ਹੁਣ ਉੱਥੇ ਸੇਵਾ ਸਾਡੀ ਚੱਲ ਰਹੀ ਆ। ਜਿਨ੍ਹਾਂ ਦੇ ਪਾਣੀ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਬਣਿਆ ਹੋਇਆ, ਉਹਨਾਂ ਨੇ ਪਾਣੀ ਬਾਹਰ ਕੱਢਿਆ ਜਾ ਰਿਹਾ ਮੋਟਰਾਂ ਲਾ ਕੇ, ਅਤੇ ਨਾਲ ਪੰਪ ਲਾਏ ਜਾ ਰਹੇ ਆ ਪਾਣੀ ਨਾਲ। ਇਹ ਸੇਵਾ ਜਿਹੜੀਆਂ ਬਾਬਾ ਦੀਪ ਸਿੰਘ ਸੇਵਾਦਾਰ ਜਥੇਬੰਦੀ ਵੱਲੋਂ ਚੱਲ ਰਹੀਆਂ, ਤੁਸੀਂ ਤੁਹਾਨੂੰ ਤਾਂ ਦੱਸਿਆ, ਕਈ ਸਾਡੀਆਂ ਮਾਵਾਂ ਸੋਸ਼ਲ ਮੀਡੀਆ ਨਾਲ ਨਹੀਂ ਜੁੜੀਆਂ, ਨਹੀਂ ਮੋਬਾਈਲ 'ਤੇ ਦੇਖਦੀਆਂ, ਤੁਹਾਨੂੰ ਪਤਾ ਹੋਵੇ ਤੁਹਾਡੀ ਤੁਹਾਡੇ ਆਪਣੇ ਪਰਿਵਾਰ ਦੀ ਜਿਹੜੀ ਟੀਮ ਆ ਜਿੱਥੋਂ ਤੁਸੀਂ ਰਾਸ਼ਨ ਲੈ ਰਹੇ ਆ ਉਹ ਕੀ ਕਾਰਜ ਕਰਦੀ ਆ। ਸਾਨੂੰ 1 ਮਹੀਨਾ ਹੋ ਚੁੱਕਾ ਘਰੋਂ, ਸਾਡੀ ਟੀਮ ਬਾਹਰ ਵੀ ਬਾਹਰ ਹੀ ਰਹੀ, ਉੱਥੇ ਜਾ ਕੇ ਉਹਨਾਂ ਦੀਆਂ ਸੇਵਾ ਸੰਭਾਲ ਅਤੇ ਉਹਨਾਂ ਦਾ ਸਹਾਰਾ ਬਣੀ। ਹਜੇ ਤੱਕ ਵੀ ਸੇਵਾਵਾਂ ਸਾਡੀਆਂ ਜਾਰੀ ਰਹਿਣਗੀਆਂ, ਜਿੰਨਾ ਚੱਕਰ ਉੱਥੇ ਹਾਲਾਤ ਨਹੀਂ ਸੁਧਰਦੇ ਅਸੀਂ ਸਾਡੀ ਟੀਮ ਜਿਹੜੀ ਉਹ ਨਹੀਂ ਆਊਗੀ, ਪੂਰੇ ਠੀਕ ਹਾਲਾਤ ਹੋਣ ਤੋਂ ਬਾਅਦ ਹੀ ਉੱਥੋਂ ਅਸੀਂ ਆਵਾਂਗੇ। ਇਹ ਕਾਰਜ ਚੱਲ ਰਹੇ ਤਾਂ ਅੱਜ ਰਾਸ਼ਨ ਵੰਡਣ ਕਾਰਨ ਅਸੀਂ 91 ਰਾਸ਼ਨ ਵੰਡਣ ਸਮਾਗਮ ਕਰਨ ਲਈ ਅਸੀਂ ਵਾਪਸ ਆਏ ਹਾਂ, ਉਸ ਤੋਂ ਬਾਅਦ ਰਾਸ਼ਨ ਵੰਡਣ ਤੋਂ ਬਾਅਦ ਫਿਰ ਦੁਬਾਰਾ ਅਸੀਂ ਉੱਥੇ ਲੋਹੀਆਂ ਚੱਲ ਜਾਣਾ, ਅਤੇ ਉਹਨਾਂ ਸਾਰੀ ਸੰਗਤਾਂ ਦੇ ਲਈ ਉੱਥੇ ਲਈ ਅਰਦਾਸ ਬੇਨਤੀ ਜ਼ਰੂਰ ਕਰੋ। ਅਤੇ ਹੁਣ 91 ਵਾਰ ਮਹੀਨਾ ਵਾਰ ਰਾਸ਼ਨ ਵੰਡ ਸਮਾਗਮਾਂ 'ਚ ਜੋ ਜੋ ਟੀਮ ਮੈਂਬਰ ਵਾਰੀ ਵਾਰੀ ਆਵਾਜ਼ ਦੇਣਗੇ ਤਾਂ ਜ਼ਰੂਰ ਆਇਓ, ਅਤੇ ਬਾਕੀ ਜੋ ਵੀ ਕੋਈ ਪ੍ਰੋਬਲਮ ਹੈਗੀ, ਜੇ ਕਿਸੇ ਨੂੰ ਕੋਈ ਗੱਲਬਾਤ ਆ ਜਾਂ ਕਿਸੇ ਦਾ ਕੋਈ ਨੁਕਸਾਨਿਆ ਗਿਆ, ਇਹ ਮੀਂਹਾਂ ਦੇ ਵਿੱਚ ਮੈਂ ਪਿਛਲੀ ਵਾਰ ਵੀ ਕੀਤੀ ਸੀ, ਕੋਈ ਮੀਂਹ ਦੇ ਵਿੱਚ ਘਰ ਢੱਠਾ ਹੋਇਆ ਤਾਂ ਉਹ ਵੀ ਜ਼ਰੂਰ ਸੰਪਰਕ ਕਰਿਓ।
बाकी साड़ी उन्हें NRI भरावां का अरदास बेनती उन्हां लई भी जरूर करिया करो जिहड़े NRI भरावां दे सहयोग दे नाल इह कार्ज चल रहे हैं जिन्हां विच वीर हरजीत सिंह कनेडा वीर गुरिंदर सिंह मेलबोर्न उपरा साडा उमी दे हरजीत सिंह कनेडा हरजीत सिंह जी ते राज सिंह जी ते इह भरा साडे उमी ही उदों ते साडे नाल जिहड़े मोढे नाल मोढा जोड़ के जिहड़े ओह चल रहे हैं हरजीत भाजी का बहुत बड़ा योगदान उन्हां दे समूह परिवार का बहुत बड़ा योगदान आ जिवें तुहानूं पता ही आ ਵੀ ਕਿਸੇ ਟਾਈਮ ਵੀ ਰਾਸ਼ਨ ਵੰਡ ਸਮਾਗਮ ਬੰਦ ਹੋਣ ਦੀ ਕਤਾਰ 'ਤੇ ਸੀ ਜਿੱਥੇ ਹਰਜੀਤ ਭਾਜੀ ਨੇ ਫੋਨ ਕਰਕੇ ਕਿਹਾ ਨਹੀਂ ਚਾਲੂ ਰੱਖੋ ਇਹਨਾਂ ਪਰਿਵਾਰਾਂ 'ਤੇ ਗੁਰੂ ਸਾਹਿਬ ਦੀ ਮਿਹਰ ਆ ਗੁਰੂ ਸਾਹਿਬ ਦਾ ਆਸ਼ੀਰਵਾਦ ਆ ਕਿ ਜਿਹੜਾ ਤੁਹਾਡੇ ਤੱਕ ਲੋੜਵੰਦਾ ਤੱਕ ਰਾਸ਼ਨ ਪਹੁੰਚਦਾ ਉਹਨਾਂ ਦੀ ਅਰਦਾਸ ਬੇਨਤੀ ਜ਼ਰੂਰ ਕਰਿਆ ਕਰੋ ਬਾਕੀ ਹੋਰ ਜਿਹੜੇ NRI ਭਰਾ ਭੈਣਾਂ ਸਾਡੇ ਆ ਬਹੁਤ ਵੱਡਾ ਯੋਗਦਾਨ ਹਰ ਪੁਰਤਾਂ ਨੂੰ ਪਾਇਆ ਅਸੀਂ ਦੋ ਵੋਟਾਂ ਨਵੀਆਂ ਲਈਆਂ पांच लख की वोट आई है खड़े पैर खर्चा पैके छे छे 12 लख दिया दो वोटा खड़े पैर ले सहयोग के नाल NRI भरावां दे गुरु साहब उन्होंने चढ़ती कला च रखण बहुत भरावान ने सहयोग दिता बहुत ज्यादा दिता ता ही हौसले बुलंद आ जो साडे भरा साडे नाल खड़े आ ते होर भी जिवें साडे दलजीत भाजी नरेंद्र कौर भैण काफ़ी जड़े वीर सुखा नरियाला इदा के काफ़ी वीर जोड़ा साबी न्यूजीलैंड वीर साडा बहुत भरा जो मैं लैन लगा जोड़े खास जो संस्था के नाल जुड़े हुए पुराने जुड़े हुए उन्होंने भरावान के सहयोग के नाल ये कार्ज चले आ बहुत बड़े पद्धर के कार्ज चले आ सारी मेलबोर्न की संगत का बहुत बड़ा सहयोग आ राशन बंड समागम च हॉस्पिटल का अद्धा लेंटर पै चुका अद्धा होर पैना हूँ खुलन से आ गया कार्ज चल रहे बाकी 100 तो उपर लवारसनाथ चल रहे उन्होंने देखभाल की जा रही है धन्यवाद सारी संगत का वाहेगुरु जी का खालसा वाहेगुरु जी की फतह अमरीक कौर मानगढ़ जिला जसविंदर सिंह अरगवाल मलूक सिंह जी आसो पैखुरद अमनदीप कौर तो गगला सुरिंदर कौर टांग बठोआ सुरिंदर कौर बागा